ਸਾਡੇ ਲਈ ਸਾਰੀਆਂ ਹੀ ਅਹਿਮ ਫਸਲਾਂ ਨੇ ਪਰ ਸਭ ਤੋਂ ਜ਼ਿਆਦਾ ਅਹਿਮ ਫਸਲ ਕਮਾਦ ਹੈ। ਕਮਾਦ ਸਾਡੇ ਲਈ ਜ਼ਿਆਦਾ ਅਹਿਮ ਫਸਲ ਇਸ ਲਈ ਇਹਨੇ ਇਹ ਸਾਨੂੰ ਮੁਨਾਫਾ ਬਖਸ਼ ਫਸਲ ਹੈ ਅਤੇ ਸਾਡੇ ਮਵੈਸ਼ੀਆਂ ਦੇ ਪਾਲਣ ਦਾ ਜ਼ਰੀਆ ਵੀ ਜ਼ਿਆਦਾ ਇਹ ਹੀ ਹੈ। ਇੱਕ ਸਾਲ ਦੀ ਫਸਲ ਹੈ, ਇਹਨਾਂ ਦਾ ਖਰਚਾ ਬਹੁਤ ਜ਼ਿਆਦਾ ਆਉਂਦਾ, ਜੇ ਮੁਨਾਫਾ ਜ਼ਿਆਦਾ ਤਾਂ ਫਿਰ ਖਰਚਾ ਵੀ ਇਹਨਾਂ ਜ਼ਿਆਦਾ, ਜ਼ਿਆਦਾ ਖਰਚਾ ਕਰਾਂਗੇ ਤਾਂ ਜ਼ਿਆਦਾ ਅੱਛੀ ਫਸਲ ਹੋਵੇਗੀ। ਇਹਦੇ 'ਚ ਪਾਣੀ ਬਹੁਤ ਜ਼ਿਆਦਾ ਇਹਨਾਂ ਲੱਗਦੇ ਨੇ ਜੂਨ ਜੁਲਾਈ ਦੇ, ਖਾਸ ਕਰ ਗਰਮੀ ਦੇ ਮਹੀਨੇ ਦੇ ਵਿੱਚ। ਇਹਨੂੰ ਖਾਦ 1 ਏਕੜ ਨੂੰ 2 ਬੋਰੀ DAP 1 ਪੋਟਾਸ਼ 2 ਬੋਰੀਆਂ ਯੂਰੀਆ ਦੀਆਂ ਇਹਦੇ ਲਈ ਬਹੁਤ ਜ਼ਰੂਰੀ ਹੈ। ਕਮਾਦ ਦੀ ਫਸਲ ਬਹੁਤ ਅੱਛੀ ਹੋ ਜਾਂਦੀ। ਸਾਡੇ ਇੱਥੇ ਇਸ ਇਲਾਕੇ ਦੇ 240 ਸਭ ਤੋਂ ਜ਼ਿਆਦਾ ਕਾਸ਼ਤ ਹੁੰਦਾ ਹੈ, ਜਿਹਦੇ ਜਿਹੜਾ ਵਜ਼ਨ ਦੇ ਵਿੱਚ ਵੀ ਚੰਗਾ ਅਤੇ ਅੱਛਾ ਇਹਦਾ ਰਿਜ਼ਲਟ ਹੈ ਜੇ ਇਹਨੂੰ ਮੁਨਾਸਿਬ ਖੁਰਾਕ ਦਿੱਤੀ ਜਾਵੇ ਤਾਂ। ਗੰਨੇ ਦੀ ਕਾਸ਼ਤ ਫਰਵਰੀ 'ਚ ਹੁੰਦੀ, 2 ਦਫ਼ਾ ਕਾਸ਼ਤ ਹੁੰਦੀ, 1 ਵਾਰੀ ਫਰਵਰੀ 'ਚ, 1 ਵਾਰੀ ਸਤੰਬਰ ਦੇ ਮਹੀਨੇ 'ਚ। ਜਿਹੜਾ ਸਤੰਬਰ ਕਾਸ਼ਤ ਉਹ ਸਤੰਬਰ ਦੇ ਮਹੀਨੇ 'ਚ ਕਾਸ਼ਤ ਹੋਵੇਗਾ। ਇਸ ਦਫ਼ਾ ਅਸੀਂ 5 ਏਕੜ ਕਾਸ਼ਤ ਕੀਤੀ ਕਮਾਦ ਦੀ, ਪਿਛਲੀ ਦਫ਼ਾ 4 ਏਕੜ ਸੀ, ਇਸ ਦਫ਼ਾ 1 ਏਕੜ ਵਧਾ ਦਿੱਤਾ, 5 ਏਕੜ ਕਰ ਦਿੱਤੀ। ਆਗ ਨੇ ਉਹ ਸਾਡੇ ਮਵੈਸ਼ੀਆਂ ਲਈ ਬੜਾ ਅੱਛਾ ਚਾਰਾ ਹੈ। 1 ਏਕੜ ਦੇ ਵਿੱਚ ਤਕਰੀਬਨ 800 ਮਣ, ਜੇ ਉਸ ਤੋਂ ਫਸਲ ਅੱਛਾ ਹੋ ਜਾਵੇ ਤਾਂ 1000 ਮਣ 'ਚ ਕਰੀਬ ਨਿਕਲ ਆਉਂਦਾ। ਪਿਛਲੇ ਸਾਲਾਂ ਦੇ ਕਮਾਦ ਦਾ ਰੇਟ ਇੱਡਾ ਅੱਛਾ ਨਹੀਂ ਸੀ ਅਤੇ ਜਿੰਨੀ ਵਜ੍ਹਾ ਫਸਲ ਦੀ ਕਾਸ਼ਤ ਘੱਟ ਹੁੰਦੀ ਸੀ, ਹੁਣ ਰੇਟ ਅੱਛਾ ਹੋ ਰਿਹਾ, ਫਸਲ ਦੀ ਕਾਸ਼ਤ ਜ਼ਿਆਦਾ ਹੋ ਰਹੀ। ਹਕੂਮਤ ਨੂੰ ਚਾਹੀਦਾ ਸਾਨੂੰ ਅੱਛਾ ਬੀਜ ਜ਼ਿੰਮੇਦਾਰਾਂ ਨੂੰ ਦੇਵੇ, ਖਾਦ ਅਤੇ ਸਬਸਿਡੀ ਦੇਵੇ, ਅੱਛੀਆਂ ਦਵਾਈਆਂ ਸਾਨੂੰ ਮੁਹੱਈਆ ਕੀਤੀਆਂ ਜਾਣ ਜਿਹਦੇ ਨਾਲ ਇਹ ਫਸਲ ਅੱਛੀ ਹੋਵੇ। ਸੁਬਹਾ 8 ਵਜੇ ਅਸੀਂ ਆਈਦਾ, 8 ਵਜੇ ਤੋਂ ਤਕਰੀਬਨ ਅਸੀਂ 12 ਵਜੇ ਤੱਕ ਇੱਥੇ 3-4 ਘੰਟੇ ਸਿਰੇ ਦਾ ਕੰਮ ਕਰੀਦਾ। ਮੇਰੇ ਵਾਲਦ ਸਾਹਿਬ ਨੇ, ਮੇਰਾ ਭਾਈ ਹੈ, ਇਹ ਮੇਰੇ ਨਾਲ ਮਦਦ ਮੇਰੀ ਸਾਡੀ ਕਰਦੇ ਨੇ। ਇਹਦੇ ਲਈ ਫਿਰ ਅਸੀਂ ਇਹਨੂੰ ਬੰਨ੍ਹ ਕੇ ਇਕੱਠਿਆਂ ਕਰ ਦੇਈਦਾ, ਅਗਰ ਸਾਨੂੰ ਪਹਿਲਾਂ ਨਾ ਕੋਈ ਟਰਾਲਾ ਮਿਲੇ ਇਹਨੂੰ ਇਕੱਠਾ ਕਰ ਦੇਈਦਾ, ਫਿਰ ਟਰਾਲਾ ਲਿਆ ਕੇ ਉਹਨੂੰ ਲੱਦ ਕੇ ਇਹਨੂੰ ਮਿਲ 'ਚ ਅਸੀਂ ਲੈ ਜਾਈਦਾ। ਨਹੀਂ ਜੀ, ਅਸੀਂ ਇਸ ਕੰਮ ਨੂੰ ਕਰਨ ਲੱਗਿਆ ਬੁਰਾ ਮਹਿਸੂਸ ਨਹੀਂ ਕਰਦੇ, ਇਹ ਸਾਡਾ ਕੰਮ ਹੈ, ਇਹ ਸਾਡਾ ਰੋਜ਼ੀ ਦਾ ਜ਼ਰੀਆ ਹੈ, ਇਹਨੂੰ ਅਸੀਂ ਬੁਰਾ ਮਹਿਸੂਸ ਨਹੀਂ ਕਰਦੇ, ਸਗੋਂ ਸਾਡੇ ਲਈ ਮੁਨਾਫਾ ਬਖਸ਼ ਚੀਜ਼, ਅਸੀਂ ਰੋਜ਼ੀ ਦਾ ਜ਼ਰੀਆ ਸਾਡਾ ਹੈ, ਇਹਨੂੰ ਅਸੀਂ ਬੁਰਾ ਮਹਿਸੂਸ ਕਿਉਂ ਕਰਨਾ ਹੈ।